ਲੋ ਬਈ ਸੱਜਣੋ, ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ ਸਾਦਕ ਦੇ ਵਿੱਚ ਜ਼ਿਲ੍ਹੇ ਦਾ ਕਿਸਾਨ ਮੇਲਾ ਲੱਗਿਆ। ਬਹੁਤ ਜ਼ਿਆਦਾ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚੇ ਆ, ਅਤੇ ਜਿਹੜਾ ਆਹ ਟਾਈਮ ਚੱਲ ਰਿਹਾ ਹੁਣ ਹਰੇਕ ਬੰਦੇ ਨੂੰ, ਹਰੇਕ ਕਿਸਾਨ ਨੂੰ ਇਹ ਆ ਵੀ ਆਪਾਂ ਕਣਕ ਦੀ ਕਿਹੜੀ ਕਿਸਮ ਬੀਜੀਏ ਜਿਹਦਾ ਝਾੜ ਸਭ ਤੋਂ ਵੱਧ ਮਿਲੇ, ਅਤੇ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ। ਕਣਕ ਦੀਆਂ ਕਈ ਵਰਾਇਟੀਆਂ ਦੇ ਸੈਂਪਲ ਇੱਥੇ ਲੈ ਕੇ ਆਏ ਆ, ਅਤੇ ਇਕੱਲੇ ਇਕੱਲੇ ਬੀਜ ਬਾਰੇ ਆਪਾਂ ਨੂੰ ਦੱਸਾਂਗੇ ਕਿਹੜੀ ਕਣਕ ਕਿੰਨਾ ਝਾੜ ਦਊਗੀ, ਇਹਦੇ 'ਚ ਕੀ ਖਾਸੀਅਤ ਆ। ਕਾਫੀ ਤਰ੍ਹਾਂ ਦੇ ਨਵੀਆਂ ਤੋਂ ਨਵੀਆਂ ਕਿਸਮਾਂ ਦੇ ਬੀਜ ਲੈ ਕੇ ਪਹੁੰਚੇ ਆ, ਸਾਰੀ ਗੱਲ ਆਪਾਂ ਬਾਈ ਜੀ ਨਾਲ ਕਰਾਉਂਦੇ ਹਾਂ। ਕੀ ਨਾਮ ਆ ਬਾਈ ਜੀ ਆਪਣਾ? ਆਪਣੀ ਫਰਮ ਹੈਗੀ ਸਤਿਗੁਰੂ ਸੇਲਜ਼ ਕਾਰਪੋਰੇਸ਼ਨ। ਠੀਕ ਹੈ ਜੀ, ਨਾਮ ਕੀ ਹੈ ਜੀ ਆਪਣਾ? ਮੇਰਾ ਨਾਮ ਅਮਨਿੰਦਰ ਹੈ ਜੀ, ਛੋਟਾ ਨਾਮ ਰੋਬਨ ਹੈ। ਠੀਕ ਹੈ ਜੀ, ਸਾਰੇ ਬੀਜ ਹੁੰਦੇ ਆ ਆਪਣੇ ਕੋਲ। ਠੀਕ ਹੈ ਜੀ, ਇੱਕ ਵਾਰੀ ਆਪਣਾ ਫੋਨ ਨੰਬਰ ਵੀ ਦੱਸ ਦਿਓ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੁੰਦੀ ਆ ਜਾਂ ਕਿਵੇਂ ਆ। ਨੰਬਰ ਜੀ ਆਪਣੇ ਦੋ ਹੈ, ਤੁਸੀਂ ਮੇਰੇ ਕੈਮਰਾ ਕਰ ਦਿਓ। ਠੀਕ ਹੈ ਜੀ, 9604304006, ਅਤੇ ਇੱਕ ਇੱਧਰਲੇ ਪਾਸੇ ਆ ਗਿਆ 9855006048। ਠੀਕ ਹੈ ਜੀ, ਅਤੇ ਜਿਹੜੀਆਂ ਅੱਜ ਆਪਾਂ ਇੱਥੇ ਲੈ ਕੇ ਆਏ ਹਾਂ ਜੀ ਕਣਕ ਦੀਆਂ, ਲਗਭਗ ਕਿੰਨੀਆਂ ਵਰਾਇਟੀਆਂ ਹੋਣਗੀਆਂ ਆਪਣੇ ਕੋਲ ਜੀ? ਆਪਣੇ ਕੋਲ ਜੀ ਇੱਥੇ ਅੱਜ ਤਾਂ 6 ਵਰਾਇਟੀਆਂ ਕਣਕ ਦੀਆਂ, ਸਾਰੀਆਂ ਵਰਾਇਟੀਆਂ ਹੈਗੀਆਂ ਆਪਣੇ ਕੋਲ। ਠੀਕ ਹੈ ਜੀ, ਲਿਖੀਆਂ ਨੇ ਤੁਹਾਨੂੰ ਇਹ ਵੀ ਇੱਕ ਵਾਰੀ ਜ਼ੂਮ ਕਰਕੇ ਵਿਖਾ ਦਿਓ ਜੀ। ਹਾਂਜੀ, HD 3385 3386, ਜਿਹੜਾ 3386 ਦਾ ਵੀ ਕਰੇਜ ਵਾਹਵਾ ਜੀ ਹੈ ਨਾ ਐਤਕੀ ਲੋਕਾਂ ਨੇ, ਜਿਹੜੀ 3386 ਹੈ। ਹਾਂਜੀ, ਪੂਸਾ ਨੇ ਵਰਾਇਟੀ ਕੱਢੀ ਹੈ ਵਾਹਵਾ ਚਿਰ ਬਾਅਦ, HD ਨੇ ਹਰਿਆਣਾ ਦਿੱਲੀ ਪੂਸਾ ਨੇ ਕੱਢੀ ਹੈ ਜਾਣੀ ਕਿ। ਠੀਕ ਹੈ ਜੀ, ਅਤੇ ਇਹਦਾ ਕਰਕੇ ਫਿਰ ਇਹਦਾ ਨਾਂ ਜਿਵੇਂ 3086 ਨਾਲ ਮਿਲਦਾ, 3086 ਪਾਪੂਲਰ ਵਰਾਇਟੀ ਸੀਗੀ। ਠੀਕ ਹੈ ਜੀ, ਉਹਦਾ ਕਰਕੇ ਇਹਦੀ ਥੋੜ੍ਹੀ ਪੂਸਾ ਨੇ ਕੱਢੀ ਕਰਕੇ ਇਹਦਾ ਡਿਮਾਂਡ ਜ਼ਿਆਦਾ ਥੋੜ੍ਹੀ। ਠੀਕ ਹੈ ਜੀ, ਆਪਾਂ ਅੱਜ ਉਹਦੇ ਨਾਲ ਹੀ ਇੱਕ ਜਿਵੇਂ 3406 ਹੈ, ਇਹ ਵੀ ਪੂਸਾ ਦੀ ਵਰਾਇਟੀ ਹੈ ਜੀ। ਇਹਦੀ ਕੀ ਖਾਸੀਅਤ ਹੈ ਜੀ? 2969 ਦੀ ਸੋਧ ਹੈ ਜੀ। ਠੀਕ ਹੈ, 2969 ਉਹ ਜ਼ਿਆਦਾ ਸਾਲਾਂ ਤੋਂ ਫਾਰਮਰ ਦੀ ਪਸੰਦ ਦੀ ਰਹੀ ਹੈ ਵਰਾਇਟੀ। ਹਾਂਜੀ, ਤੇ ਉਹਦੀ ਵੀ ਸੋਧ ਕਰਤੀ ਹੈ ਨਾ, ਸੀਗੇ ਉਹਨੂੰ ਪੀਲੀ ਗੁੰਗੀ ਆਉਣ ਲੱਗ ਗਈ ਸੀਗੀ। ਠੀਕ ਹੈ ਜੀ, ਤੇ ਇਹਦਾ ਕਰਕੇ ਫਿਰ ਉਹਨਾਂ ਨੇ ਇਹ ਨਵੀਂ ਵਰਾਇਟੀ ਕੱਢਤੀ 3406। ਠੀਕ ਹੈ ਜੀ, ਇਹ HD 34। ਜੇ ਆਪਾਂ ਗੱਲ ਕਰੀਏ ਨਾ ਜੀ, ਇੱਥੇ ਕਾਫੀ ਕਿਸਮਾਂ ਪਈਆਂ, ਤੇ ਜੇ ਆਪਾਂ ਇਹਦੀ ਸਾਰੀਆਂ ਦੀ ਜਾਣਕਾਰੀ ਦੇ ਦਿਓ। ਹਾਂਜੀ, ਇਹ ਤੋਂ ਬਾਅਦ ਆ ਗਈ 826 ਜੀ। ਠੀਕ ਹੈ ਜੀ, ਆਹ ਦੇਖ ਲਓ 826, ਇਹ ਪਿਛਲੇ ਸਾਲ ਦੀ ਵੀ ਕਾਫੀ ਪ੍ਰਚਲਿਤ ਆ ਨਾ ਜੀ। ਜੀ ਜੀ, ਪਿਛਲੇ ਸਾਲ ਪਾਪੂਲਰ ਵੀ ਬਹੁਤ ਰਹੀ ਹੈ, ਝੜੀ ਵੀ ਬਹੁਤ ਹੈ ਜੀ ਲੋਕਾਂ ਦੇ। ਠੀਕ ਹੈ ਜੀ, ਇਹ ਜਿਹੜੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਵਰਾਇਟੀ ਹੈ ਜੀ। ਠੀਕ ਹੈ ਜੀ, ਤੇ ਇਹ ਵਰਾਇਟੀ ਪਿਛਲੇ ਸਾਲ ਆਮ ਹੀ ਫਾਰਮਰ ਕੋਲ ਰਹੀ ਹੈ। ਇਹਦਾ ਝਾੜ ਔਸਤਨ ਕਿੱਲੇ ਦਾ ਜੇ ਆਪਾਂ ਕਿੰਨਾ ਕਹਿ ਸਕਦੇ? ਅੱਡੋ ਅੱਡ ਫਾਰਮਰ ਦੇ ਆਇਆ, ਕਿਸੇ ਦੇ 70 ਆਇਆ, 65 ਆਇਆ, 60 ਆਇਆ। 60 ਤੋਂ ਪਲੱਸ ਪਲੱਸ ਹੀ ਆਇਆ ਜੀ? ਨਹੀਂ, 55 ਵੀ ਆਇਆ ਯਾਰ, 50 ਵੀ ਆਇਆ, ਜਿਵੇਂ ਅਗਲਾ ਖੇਤੀ ਕਰਦਾ ਉਹ ਜੇ ਝਾੜ ਆ ਜਾਂਦਾ। ਠੀਕ ਹੈ, 70 ਮਨ ਤੱਕ ਝਾੜ ਆਇਆ ਇਹਦਾ ਜੀ? ਆਇਆ ਜੀ, ਆਇਆ। ਠੀਕ ਹੈ ਜੀ, ਜਿਹੜੀ 327 ਹੈ। ਹਾਂਜੀ, ਇਹ ਵਰਾਇਟੀ ਪਿਛਲੇ ਸਾਲ ਇਹਦਾ ਵੀ ਬਹੁਤ ਚੰਗਾ ਝਾੜ ਦਿਆ ਜੀ। ਇਹ DBW ਦੀ ਵਰਾਇਟੀ ਹੈ ਜੀ, IIWBR ਕਰਨਾਲ ਹੈ, ਜਿਹੜੀ ਕਣਕ ਅਤੇ ਜੌਂ ਦੀਆਂ ਵਰਾਇਟੀਆਂ ਕੱਢਦੀ ਹੈ। ਠੀਕ ਹੈ ਜੀ, ਇਹਨਾਂ ਦੀ 187 202 303 ਸੀ, ਉਹਨਾਂ ਨੇ ਪਿਛਲੇ ਸਾਲ 327 ਰਿਲੀਜ਼ ਕੀਤੀ ਸੀ ਜੀ। ਠੀਕ ਹੈ ਜੀ, ਇਹਦੇ ਬਹੁਤ ਚੰਗੇ ਝਾੜ ਆਏ ਆ 327 ਦੇ। ਇਹ ਕਿੱਥੋਂ ਤੱਕ ਗਈ ਹੈ ਜੀ, ਇਹਦਾ ਝਾੜ ਕਿੱਥੋਂ ਅੰਦਾਜ਼ਾ? 70-75 ਅਤੇ ਉਹ ਤਾਂ ਬਹੁਤ ਜ਼ਿਆਦਾ ਝਾੜ ਦੱਸਦੇ ਆ ਇਹਦਾ। ਠੀਕ ਹੈ ਜੀ, ਫਾਰਮਰ ਦੇ ਬਹੁਤ ਜ਼ਿਆਦਾ ਝੜੀ ਹੈ ਇਹ। ਠੀਕ ਹੈ, ਆਓ ਆਪਾਂ ਦੇਖਣਾ ਹੁੰਦਾ ਫਾਰਮਰਾਂ ਲਈ। 3386 ਦਾ ਪੁੱਛਿਆ ਸੀਗਾ। ਹਾਂਜੀ, ਅਤੇ 3386 ਦੇ ਮੈਂ ਤੁਹਾਨੂੰ ਦਾਣੇ ਵਿਖਾ ਦਿੰਦਾ, ਆਪਾਂ ਤੁਹਾਨੂੰ ਦਾਣੇ ਵੀ ਜ਼ੂਮ ਕਰਕੇ ਦਿਖਾ ਦਿੰਦੇ ਹਾਂ। ਬਹੁਤ ਵਧੀਆ ਕਣਕ ਲੱਗਦੀ ਹੈ ਜੀ ਇਹ ਵੀ। ਇਹ ਸਾਰੀਆਂ ਜੀ 20 ਅਕਤੂਬਰ ਤੋਂ ਬਿਜਾਈ ਵਾਲੀਆਂ ਕਣਕਾਂ ਜੀ, ਅਤੇ ਜਿਵੇਂ 826 ਲੇਟ 'ਚ ਹੈ। ਠੀਕ ਹੈ, 826 ਲੇਟ ਬੀਜਣੀ ਚਾਹੀਦੀ, ਰਿਕਮੈਂਡ ਹੈ। 20 ਅਕਤੂਬਰ ਤੋਂ ਹੈ 327, ਅਤੇ 25 ਯਾਨੀ ਕਿ 25 ਅਕਤੂਬਰ ਤੋਂ ਸ਼ੁਰੂ ਕਰ ਲਏ। ਠੀਕ ਹੈ ਜੀ, ਜਿਹੜੀ 3386 ਹੈ ਜੀ, 3386 ਤੋਂ ਇੱਕ ਵਰਾਇਟੀ ਹੈਗੀ 372। ਠੀਕ ਹੈ, 2969 ਦੀ ਸੋਧ ਹੈ ਜੀ। ਠੀਕ ਹੈ ਜੀ, ਅਤੇ ਇੱਕ ਆ ਗਈ 371।
ਠੀਕ ਹੈ ਜੀ 371-72 ਇਹ ਸੇਮ ਜੀਆਂ ਕਿ ਇਹਨਾਂ ਦਾ ਕੋਈ ਫਰਕ ਹੈ ਜੀ? 27 ਤੋਂ ਬਾਅਦ ਆਈਆਂ ਜੀ, 21 ਸਾਲ ਹੀ ਆਈਆਂ, ਪਿਛਲੇ ਸਾਲ ਇਹਨਾਂ ਦਾ ਬਰੀਡਰ ਸੀਡ ਸੀਗਾ। ਠੀਕ ਹੈ ਜੀ, ਸ਼ਾਇਦ ਕਿ ਫਾਊਂਡੇਸ਼ਨ ਸੀਡ ਹੈ। ਇਹਨਾਂ ਦਾ ਵੀ ਝਾੜ ਵਧੀਆ ਰਿਹਾ ਜੀ? ਇਹਨਾਂ ਦਾ ਵੀ ਝਾੜ ਵਧੀਆ ਰਿਹਾ ਜੀ। ਇਹ ਜੇ ਤਾਂ ਮੌਸਮ ਇੱਕ ਸਥਿਰ ਰਹਿੰਦਾ, ਝੱਖੜ ਨਹੀਂ ਨੀਗਾ ਤਾਂ 71 ਵੱਧ ਝੜ ਜਾਂਦੀ ਹੈ। ਹਾਂਜੀ, ਜੇ ਥੋੜਾ ਝੱਖੜ ਝੁੱਖੜ ਵਾਲਾ ਮੌਸਮ ਹੈ, ਅੰਡਰ ਜਿਹੜੀ ਕਣਕ ਡਿੱਗਦੀ ਹੈ ਉਹਦੇ 'ਚ 72 ਡਿੱਗਦੀ ਨੀਗੀ। ਅੱਛਾ ਜੀ, ਜਮਾਂ ਹੀ ਨਹੀਂ ਡਿੱਗਦੀ ਜਿੰਨਾ ਮਰਜ਼ੀ ਮੀਂਹ। ਇਹ ਕਣਕ ਆ ਸੱਜਣੋ, ਤੁਸੀਂ ਦੇਖ ਲਓ 372 ਜੇ ਆਪਾਂ ਨੂੰ ਡਰ ਹੁੰਦਾ ਮੀਂਹ ਆ ਜੇ ਝੱਖੜ ਆ ਜੇ, ਡਿੱਗ ਕੇ ਵੀ ਝਾੜ ਉਹਨਾਂ ਦੇ ਜਾਂਦੀ ਹੈ ਨਾ ਜੀ? ਹਾਂਜੀ, ਡਿੱਗਦੀ ਨੀਗੀ ਜੀ। ਅੱਛਾ, ਜੇ ਡਿੱਗ ਡਿੱਗਦੀ ਨੀ। ਇਹਦਾ ਝਾੜ ਕਿੱਥੋਂ ਤੱਕ ਜੀ? 85 ਦਾ ਪਿਛਲੇ ਸਾਲ ਤਾਂ ਬਹੁਤ ਥੋੜਾ ਵੀ ਮਿਲਿਆ ਸੀਗਾ। ਅੱਛਾ ਜੀ, ਜਿਹੜੇ ਉਹਨਾਂ ਨੇ ਇੱਕ ਗਰੁੱਪ ਬਣਾਇਆ ਸੀਗਾ ਹਾਂਜੀ ਵਟਸਐਪ ਤੇ, ਉਹਦੇ 'ਚ ਇਹਦਾ ਜਿਹੜਾ ਅਗੇਤੀ ਦਾ ਚੰਗਾ ਝਾੜ ਆਇਆ ਜੀ। ਠੀਕ ਹੈ ਜੀ, ਪਰ ਜਿਹੜਾ ਅਸੀਂ ਸਾਡਾ ਤਜਰਬਾ ਇਹਨੂੰ ਤੁਸੀਂ 25 ਨਵੰਬਰ ਤੱਕ ਵਧੀਆ ਝਾੜ ਦਿੰਦੇ ਹੋ। ਠੀਕ ਹੈ ਜੀ, ਮਤਲਬ ਸਹੀ ਤਾਂ ਇਹ ਹੈ ਵੀ ਜ਼ਿਆਦਾ ਗੇਤੀ ਬੀਜੋ ਹੈ ਨਾ ਜੀ? ਅਕਤੂਬਰ ਤੋਂ 15-10 ਨਵੰਬਰ ਤੱਕ ਗੇਤੀ ਹੈ, 10-22 ਤੱਕ ਦਰਮਿਆਨਾ, ਤੇ 22 ਨਵੰਬਰ ਤੋਂ ਬਾਅਦ ਪਛੇਤੀ ਵਰਾਇਟੀ ਬੀਜੀ ਗਈ। ਠੀਕ ਹੈ ਵੀ, ਜਿਹੜੀਆਂ 22 ਤੋਂ, ਤੇ ਉਹ 'ਚ ਕੋਈ ਪਛੇਤੀਆਂ ਵਰਾਇਟੀਆਂ ਆਪਣੇ ਕੋਲ ਮਤਲਬ ਹੈਗੀਆਂ? ਜਿਵੇਂ ਕਈ ਵਾਰੀ ਕਿਸਾਨ ਲੇਟ ਹੋ ਜਾਂਦੇ ਆ ਜੀ? ਹਾਂ, ਪਛੇਤੀਆਂ ਵੀ ਹੈਗੀਆਂ ਜੀ, 826 ਸਾਰਾ ਨਵੰਬਰ ਬੀਜੀ ਜਾਂਦੀ ਹੈ ਜੀ। ਅੱਛਾ, 826 ਤੋਂ ਬਾਅਦ ਹੈ, ਫਿਰ ਉਹਦੇ 'ਚ 771 ਹੈ। ਠੀਕ ਹੈ ਜੀ, ਤੇ 766, 187 ਵੀ ਪਛੇਤੀ ਬੀਜੀ ਗਈ ਜੀ। ਮਤਲਬ ਜਿਹੜੇ ਕਿਸਾਨ ਲੇਟ ਹੋ ਜਾਂਦੇ ਆ 771 ਅਤੇ 187 ਜੀ? ਹਾਂ, ਇਹ ਬੀਜ ਸਕਦੇ ਜੀ। ਠੀਕ ਹੈ ਜੀ, ਅਤੇ ਜਿਵੇਂ ਆਪਾਂ ਗੱਲ ਕੀਤੀ ਜਿਹੜੀਆਂ ਇਹ ਆਈਆਂ ਜੀ 34-06 ਤੇ 33-86 ਹੈ ਨਾ ਜੀ, ਇਹਨਾਂ ਦੇ ਕੋਈ ਹੈਗੇ ਅੰਦਾਜ਼ੇ ਪਿਛਲੇ ਸਾਲ ਦੇ ਝਾੜ ਕੇ ਕਿ ਨਵੀਆਂ ਹੀ ਆਈਆਂ? ਇਹਨਾਂ ਦੇ ਬਹੁਤ ਥੋੜ੍ਹੀ ਮਾਤਰਾ 'ਚ ਬੀਜ ਮਿਲਿਆ ਸੀ ਜੀ। ਠੀਕ ਹੈ ਜੀ, ਸਾਡਾ ਜਿਹੜਾ ਹੁੰਦਾ ਬੀਜ ਨੂੰ ਵਧਾਉਣ ਦੀ ਜ਼ਿਆਦਾ ਕੋਸ਼ਿਸ਼ ਹੁੰਦੀ ਹੈ। ਠੀਕ ਹੈ, ਤਾਂ ਸਹੀ ਝਾੜ ਤਾਂ ਜਦੋਂ ਫਾਰਮਰ ਕੋਲ ਆਊਗੀ, ਸਹੀ ਫੀਡਬੈਕ ਤਾਂ ਫਾਰਮਰ ਦੱਸ ਸਕਦਾ। ਯੂਨੀਵਰਸਿਟੀ ਨੇ ਤਾਂ ਇਹਦਾ 75 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਦਾ ਐਵਰੇਜ ਯੂਜ ਦੱਸਿਆ ਜੀ। ਠੀਕ ਹੈ, ਮਤਲਬ ਇਹ ਪਿਛਲੇ ਸਾਲ ਕਿਸਾਨਾਂ ਕੋਲ ਆਈ ਨਹੀਂ ਹੈ ਨਾ ਜੀ? ਨਹੀਂ, ਕਿਸਾਨਾਂ ਕੋਲ ਨਹੀਂ ਆਈ ਜੀ, ਐਤਕੀ ਨਵੀਂ ਆਈ ਆ। ਅਤੇ ਨਵੀਆਂ ਦੇ, ਕਿਉਂਕਿ ਝਾੜ ਆ ਜਿਹੜੇ ਕਿਸਾਨਾਂ ਨੇ ਦੱਸਣੇ ਹੁੰਦੇ ਆ, ਕਿਉਂਕਿ ਥੋੜ੍ਹੀ ਜਗ੍ਹਾ ਵਿੱਚ ਜਿਹੜੇ ਕਰਦੇ ਆਪਾਂ ਉਹਦਾ ਫਰਕ ਪੈ ਜਾਂਦਾ। ਜਦੋਂ ਕਿਸਾਨ ਵੱਧ ਏਕੜਾਂ ਵਿੱਚ ਜਾਂ ਕਿਸੇ ਵੀ ਮਤਲਬ ਕਰਕੇ ਬੀਜਦੇ ਆ, ਤਾਂ ਉਹਦਾ ਜਿਹੜਾ ਝਾੜ ਦਾ ਸਹੀ ਪਤਾ ਫੇਰ ਹੀ ਲੱਗਦਾ ਹੈ ਨਾ ਜੀ। ਬਾਕੀ ਜੇ ਕਿਤੇ ਵੀ ਕੋਈ ਵੀ ਬੰਦਾ ਹੁੰਦਾ ਦੂਰ ਦਾ ਆਪਣੇ ਤੋਂ ਬੀਜ ਮੰਗਵਾਉਣਾ ਚਾਹੁੰਦਾ ਔਨਲਾਈਨ ਜਾਂ ਕੋਈ ਆ ਕੇ ਖਰੀਦਣਾ ਚਾਹੁੰਦਾ, ਆਪਾਂ ਪਹੁੰਚ ਕਰ ਦੇਈਦੀ ਹੈ ਜੀ। ਜੇ ਇਕੱਠਾ ਵੀ 40-50 ਪੈ ਗਿਆ ਤਾਂ ਪਹੁੰਚ ਕਰ ਦੇਈਦੀ। ਠੀਕ ਹੈ ਜੀ, ਕੋਈ ਵੀ ਦੂਰ ਦਾ ਬੰਦਾ ਨਾ ਔਨਲਾਈਨ ਪੇਮੈਂਟ ਕਰਕੇ ਔਨਲਾਈਨ ਬੀਜ ਤੁਹਾਡੇ ਤੋਂ ਮੰਗਵਾ ਸਕਦਾ। ਅਤੇ ਇਹਦੀ ਆਪਣੀ ਗਰੰਟੀ ਹੁੰਦੀ ਹੈ ਨਾ ਜੀ ਕਿਸੇ ਬੀਜ? ਹਾਂਜੀ, ਬਿੱਲ ਕੱਟ ਕੇ ਦੇਈਦਾ, ਜਿਵੇਂ 33-86 ਹੈ ਇਹਦਾ TL ਹੈ। ਠੀਕ ਹੈ ਜੀ, 34-06 TL ਹੈ, ਜਿਹੜੀ ਵਰਾਇਟੀ ਰਿਲੀਜ਼ ਹੋ ਗਈ 826 ਫਾਊਂਡੇਸ਼ਨ ਵੀ ਹੈ ਅਤੇ ਸਰਟੀਫਾਈਡ ਵੀ ਹੈ, 327 ਵੀ ਫਾਊਂਡੇਸ਼ਨ ਸਰਟੀਫਾਈਡ ਹੈ। ਠੀਕ ਹੈ ਜੀ, 71-72 ਸਾਡੇ ਕੋਲ ਫਾਊਂਡੇਸ਼ਨ। ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ।